Muslim Bazar, Sialkot. ਇਹ ਤਾਰਕ ਸਾਹਿਬ ਨੇ ਜੀ ਇਹ ਬੜੇ ਕੰਮ ਦੇ ਬੰਦੇ ਨੇ ਜੀ ਇਹ ਪ੍ਰੈਸ਼ਰ ਕੁੱਕਰ ਦੀਆਂ ਕੋਈ ਮੁੱਠੀ ਖਰਾਬ ਹੋ ਜਾਏ ਜਾਂ ਇਹ ਜੂਸਰ ਤੇ ਬਲੈਂਡਰ ਤੇ ਹੋਰ ਕੀ ਤਾਰਕ ਸਾਹਿਬ ਤੁਸੀਂ ਕਰਦੇ ਹੋ ਕਾਫੀ ਸਾਰੇ ਕੰਮ ਕਰਦੇ ਆ ਤੁਸੀਂ ਆਪਣੇ ਕੰਮ ਦੱਸੋ ਮੈਂ ਆਪਣੇ ਦੋਸਤਾਂ ਨੂੰ ਦੱਸਣਾ ਚਾਹੁੰਦਾ ਇਹ ਘਰ ਘਰ ਦਾ ਮਸਲਾ ਹੈਗਾ ਇਹ ਨਹੀਂ ਪਤਾ ਹੁੰਦਾ ਕਿ ਕੌਣ ਠੀਕ ਕਰਦਾ ਮੈਂ ਕਿਹਾ ਚਲੋ ਜਿਹੜੇ ਕੰਮ ਸੇ ਕੰਮ ਸਿਆਲਕੋਟ ਦੇ ਬੰਦੇ ਨੇ ਉਹਨਾਂ ਨੂੰ ਇਹ ਪਤਾ ਲੱਗ ਜਾਏਗਾ ਕਿ ਵੀ ਇੱਥੇ ਇਹ ਕੰਮ ਹੁੰਦਾ ਤੇ ਚਲੋ ਇਹ ਵੀ ਇੱਕ ਨੇਕੀ ਦਾ ਕੰਮ ਹੈ ਉਹਨਾਂ ਨੂੰ ਦੱਸਦੇ ਦੁੱਸੇ ਲਾਉਂਦੇ ਆ ਸੀ ਅੱਛਾ ਇਹ ਦੇ ਠੀਕ ਹੈ ਦਸਤੇ ਲੱਗ ਗਏ ਠੀਕ ਹੈ ਹੋਰ ਕੁੱਕਰ ਦਾ ਕਰਨੇ ਆ ਕੂਲਰ ਦਾ ਕਰਨੇ ਆ ਜੱਗ ਗ੍ਰੈਂਡਰ ਵਗੈਰਾ ਜੱਗ ਗ੍ਰੈਂਡਰ ਵਗੈਰਾ ਕਿੰਨਾ ਚਿਰ ਹੋਇਆ ਕੰਮ ਕਰਦੇ ਆ ਮੇਰਾ ਹਰੇ ਸਾਰੀ ਉਮਰ ਹੀ ਤੁਸੀਂ ਤੇ ਕਿੰਨੀ ਕੁ ਉਮਰ ਹੈਗੀ ਹੈ ਮੇਰੀ ਮਾਸ਼ਾਅੱਲਾ 62 ਸਾਲ ਮਾਸ਼ਾਅੱਲਾ ਤੇ ਕਿਹੜੀ ਜਗ੍ਹਾ ਦੇ ਹੋ ਬਿਜਲੀ ਮਾਲਾ ਰੋਜ਼ ਆਉਂਦੇ ਹੋ ਇਨਸ਼ਾਅੱਲਾ ਇਹ ਦੁਕਾਨ ਕਿਰਾਏ ਦੀ ਹੈ ਕਿੰਨਾ ਕਿਰਾਇਆ ਦਿੰਦੇ ਹੋ ਕਿਰਾਇਆ ਹੈ ਕੋਈ 12-13 ਰੁਪਏ ਚਲੋ ਮੁਨਾਸਬ ਹੈ ਤੇ ਕੋਈ ਮਸਲਾ ਨਾ ਅਲਹਮਦੁਲਿਲਾ ਬਹੁਤ ਜੀ ਲਓ ਜੀ ਇਹ ਛੋਟਾ ਜਿਹਾ ਦੁਕਾਨਦਾਰੀ ਹੈ ਦੇਖੋ ਸਟਰੀਟ ਵੈਂਡਰਸ ਦੇ ਨਾਂ ਤੋਂ ਮੈਂ ਰੇੜੀਆਂ ਵਾਲੇ ਜਾਂ ਛੋਟੇ ਛੋਟੇ ਦੁਕਾਨਦਾਰ ਦਾ ਸਿਲਸਿਲਾ ਸ਼ੁਰੂ ਕੀਤਾ ਤਾਂ ਅੱਗੇ ਵੀ 1-2 ਚੜ੍ਹੀ ਦੀ ਇਹਦਾ ਮਕਸਦ ਇਹ ਸੀ ਕਿ ਅਗਰ ਤੁਹਾਡਾ ਵੀ ਆ ਕੋਈ ਮਸਲਾ ਹੋਏ ਤਾਂ ਤੁਸੀਂ ਇਹ ਕਰ ਸਕਦੇ ਬਾਕੀ ਤੁਸੀਂ ਦੇਖੋ ਕਿ ਜਿੰਨੇ ਛੋਟਾ ਕੰਮ ਕਰਨ ਵਾਲੇ ਨੇ ਸਾਰੇ ਮੁਤਮਿਨ ਨੇ ਕੋਈ ਵੀ ਸ਼ੱਕੀ ਨਹੀਂ ਕਿ ਗਿਲਾ ਕਰੇ ਮੈਂ ਕਿਹਾ ਜਿੰਨੇ ਛੋਟੇ ਕੰਮ ਕਰਨ ਵਾਲੇ ਨੇ ਸ਼ੁਕਰ ਕਰਦੇ ਨੇ ਅੱਲਾਹ ਦਾ ਸ਼ੱਕੀ ਨਹੀਂ ਜਿੰਨੇ ਵੱਡੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਉਹ ਹਰ ਵਕਤ ਗਿਲਾ ਸ਼ਿਕਵਾ ਕਰਦੇ ਰਹਿੰਦੇ ਨੇ ਲਓ ਜੀ ਇੱਕ ਝਲਕ ਮੁਸਲਿਮ ਬਾਜ਼ਾਰ ਦੀ ਇਹ ਚੌਕ ਹੈ ਮੁਸਲਿਮ ਬਾਜ਼ਾਰ ਦਾ ਖਸੂਸਨ ਔਰਤਾਂ ਦੀਆਂ ਚੀਜ਼ਾਂ ਵਾਸਤੇ ਮਸ਼ਹੂਰ ਹੈ ਅਤੇ ਬੜਾ ਪੁਰਾਣਾ ਬਾਜ਼ਾਰ ਹੈ ਜੀ ਇਹ ਅੱਛਾ ਤੁਹਾਡੇ ਨਾਲ ਕੋਈ ਹੋਰ ਵੀ ਹੈਲਪ ਕਰਦਾ ਕਿ ਇਕੱਲੇ ਹੀ ਹੁੰਦੇ ਹੋ ਤੁਸੀਂ ਇਹ ਬੇਟਾ ਇਹ ਕੀ ਕਰਦੇ ਨੇ ਕੀ ਕੰਮ ਕਰਦੇ ਹੋ ਯਾਰ ਤੁਸੀਂ ਕੰਪਿਊਟਰ ਦੇ ਉੱਤੇ ਅੱਛਾ ਕੀ ਨਾਂ ਤੁਹਾਡਾ ਹਾਫਿਜ਼ ਅਬਦੁੱਲਾ ਚਲੋ ਜੀ ਸਲਾਮਤ ਰਹੋ ਤੁਸੀਂ ਲਓ ਜੀ ਆਪਣੀਆਂ ਦੁਆਵਾਂ 'ਚ ਯਾਦ ਰੱਖੋ ਅਤੇ ਖੁਸ਼ ਰਹੋ ਸ਼ਾਦ ਰਹੋ ਸਲਾਮਤ ਰਹੋ ਇਹ ਬੋਰਡ ਨਹੀਂ ਲੱਗਾ ਦਾ ਦੁਕਾਨ ਦਾ ਮੋਬਾਈਲ ਹੈ ਮੋਬਾਈਲ ਨੰਬਰ ਬੋਲ ਦਿਓ 0306 ਅੱਗੇ ਜੀ 50 ਹੋ ਗਿਆ ਅੱਗੇ ਜੀ 52 7793 ਲਓ ਜੀ ਇਹਨੂੰ ਰਿਮਾਇੰਡ ਕਰਕੇ ਤੁਸੀਂ ਅਗਰ ਨਾ ਤਾਰਕ ਸਾਹਿਬ ਨਾਲ ਕੋਈ ਸਿਆਲਕੋਟ ਨੂੰ ਤਲਕਾ ਲੋਕਾਂ ਨੂੰ ਕੰਮ ਹੋਏ ਤਾਂ ਜ਼ਰੂਰ ਤੁਸੀਂ ਇਹਨਾਂ ਨੂੰ ਦੇ ਸਕਦੇ ਹੋ ਅੱਲਾ ਹਾਫਿਜ਼